ਘੱਟ ਖਰਚੇ ਚ ਪੂਰੀ ਟੌਪ ਦੀ ਮੱਕੀ ਵੀ ਗਵਾਂਢੀ ਆ ਕੇ ਪੁੱਛਣਗੇ ਵੀ ਬਾਈ ਕੀ ਪਾਤਾ ਤੁਸੀਂ ਮੱਕੀ ਚ ਯਾਰ ਕੀ ਕਰੀ ਜਾਂਦੇ ਹੋ ਰਾਵੜ ਵਾਂਗੂ ਵੱਧੀ ਤੁਰੀ ਆਉਂਦੀ ਹੈ ਜੇ ਮੱਕੀ ਹੁਣ ਬੀਜੀ ਹੈ ਤੇ ਕਣਕ ਵੱਢ ਕੇ ਬੀਜੋਗੇ ਤਾਂ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਆਪਾਂ ਦੱਸਾਂਗੇ ਜਮਾਂ ਤੁਹਾਨੂੰ ਘੱਟ ਖਰਚੇ ਚ ਟੌਪ ਦੇ ਨੂੰ ਕਿਹੜੀਆਂ ਗਲਤੀਆਂ ਆਪਾਂ ਕਰਨੀਆਂ ਨਹੀਂ ਪਹਿਲੀ ਗੱਲ ਜਦੋਂ ਪਾਵਾਂਗੇ ਯੂਰੀਆ ਛਿੱਟੇ ਨਾਲ ਯੂਰੀਆ ਨਹੀਂ ਪਾਉਣਾ ਛਿੱਟੇ ਨਾਲ ਜਿਵੇਂ ਤੁਹਾਨੂੰ ਆਹ ਦੇਖਦੇ ਨੇ ਬੈੱਡ ਸੁੱਕੇ ਪਏ ਨੇ ਜਿਹੜਾ ਬੈੱਡਾਂ ਦੇ ਉੱਤੇ 60-70% ਤੁਹਾਡਾ ਯੂਰੀਆ ਡਿੱਗ ਗਿਆ ਉਹ ਕਿਸੇ ਕੰਮ ਨਹੀਂ ਆਉਣਾ ਉਹ ਕੰਮ ਆਊਗਾ ਕੱਖਾਂ ਦੇ ਜਿੱਦੇ ਮੀਂਹ ਪੈ ਗਿਆ ਮੀਂਹ ਪਊ ਲਾਜ਼ਮੀ ਕਿਤੇ ਨਾ ਕਿਤੇ ਤਾਂ ਪਊਗਾ ਹੀ ਫਿਰ ਉਹਦੇ ਬੈੱਡਾਂ 'ਤੇ ਗਿੱਲ ਹੋ ਜੂ ਅਤੇ ਕੱਖ ਹੋ ਜਾਣਗੇ ਕੱਖ ਆਪਣੀ ਮੱਕੀ ਨੂੰ ਨੁਕਸਾਨ ਕਰਨਗੇ ਬਾਈ ਉਹਨਾਂ ਦੀ ਖੁਰਾਕ ਲਵੋ ਖਿੱਚਣਗੇ ਦੱਬਣ ਤੱਕ ਜਾਣਗੇ ਫਿਰ ਆਪਾਂ ਨੂੰ ਮਹਿੰਗੀਆਂ ਸਪਰੇਹਾਂ ਕੱਖਾਂ ਵਾਲੀਆਂ ਕਰਨੀਆਂ ਪੈਣਗੀਆਂ ਕੱਖਾਂ 'ਚ ਦਵਾਈ ਮਹਿੰਗੀ ਬਹੁਤ ਹੁੰਦੀ ਹੈ ਫਿਰ ਉਹਦਾ ਖਰਚਾ ਵੱਧ ਜੂ ਆਪਣਾ ਠੀਕ ਹੈ ਪਹਿਲੀ ਗੱਲ ਯੂਰੀਆ ਦੀ ਇਹ ਗਲਤੀ ਨਹੀਂ ਕਰਨੀ ਦੂਜੀ ਗੱਲ ਯੂਰੀਆ ਆਪਾਂ ਇਹਦੇ ਕੋਇਆਂ 'ਚ ਨਹੀਂ ਪੈਣਾ ਚਾਹੀਦਾ ਕਈ ਸੱਜਣਾਂ ਨੇ ਪਿਛਲੀ ਵਾਰ ਕੀ ਕਰਿਆ ਜਿੱਥੇ ਓਰੇ ਨੇ ਜਿੱਥੇ ਲੈਣ ਆ ਮੱਕੀ ਦੀ ਉਹ ਲੈਣ ਦੇ ਉੱਤੇ ਪੋਰਨ ਲੱਗ ਗਏ ਉੱਥੇ ਵੀ ਨਹੀਂ ਬਾਈ ਤੁਸੀਂ ਪੋਰਨਾ ਕਿਉਂਕਿ ਉੱਥੇ ਦਾਣੇ ਜਿਹੜੇ ਗੋਭ ਦੇ ਵਿੱਚ ਪੈਣਗੇ ਉਹ ਗੋਭਾਂ ਗਲ ਜਾਣਗੀਆਂ ਉਹ ਤੁਹਾਡਾ ਬੂਟਾ ਕਿਸੇ ਕੰਮ ਨਹੀਂ ਰਹਿਣਾ ਯੂਰੀਆ ਸੁੱਟਣਾ ਤਾਂ ਤੁਸੀਂ ਹੱਥੀਂ ਸੁੱਟਣਾ ਤਾਂ ਜਿਹੜੀਆਂ ਖਾਲੀਆਂ ਨੇ ਖਾਲੀਆਂ ਦੇ ਵਿੱਚ ਪੋਰਨਾ ਜਾਂ ਖੇਲ 'ਚ ਪਾਣੀ ਸੁੱਟ ਦਿਓ ਇੱਕ ਕਿੱਲੇ 'ਚ ਪਾਣੀ ਘੁੰਮਦੇ ਘੁੰਮਦੇ ਇੱਕ ਬੋਰੀ ਖੁਰ ਜਾਂਦੀ ਹੈ ਅਤੇ ਕਈ ਸੱਜਣ ਹੁਣ ਕਹਿੰਦੇ ਹੁੰਦੇ ਨੇ ਵੀ ਇਹ ਉੱਤੇ ਨਹੀਂ ਜੜਾਂ ਤੁਸੀਂ ਪੱਟ ਕੇ ਦੇਖ ਲਓ ਉਹਦੇ ਬੂਝੇ ਬਾਈ ਜੜਾਂ ਦੇ ਦੀਆਂ ਥੱਲੇ ਨੂੰ ਜਿੱਥੋਂ ਖਾਲੀਆਂ 'ਚੋਂ ਖੁਰਾਕ ਮਿਲਣੀ ਹੈ ਉੱਧਰ ਨੂੰ ਦਿਨਾਂ 'ਚ ਹੀ ਵੱਧ ਜਾਂਦੀਆਂ ਨੇ ਸੋ ਯੂਰੀਏ 'ਚ ਇਹ ਗਲਤੀ ਨਹੀਂ ਕਰਨੀ ਤੁਹਾਡਾ ਯੂਰੀਆ ਦਾ 60-70% ਨੁਕਸਾਨ ਆ ਉਹ ਬਚ ਜੂ ਜਿਹੜਾ ਕੋਏ ਖਰਾਬ ਹੋਣਗੇ ਉਹ ਬਚ ਜਾਣਗੇ ਦੂਜੀ ਗੱਲ ਆ ਗਈ ਸਪਰੇ ਸੁੰਡੀ ਵਾਲੀ ਆਪਾਂ ਨਾ ਕਿਸੇ ਦਾ ਨਾਂ ਲਈਏ ਚਲੋ ਬਹੁਤੀਆਂ ਮਹਿੰਗੀਆਂ ਸਪਰੇਆਂ ਤੁਹਾਨੂੰ ਕਰਨ ਦੀ ਲੋੜ ਨਹੀਂ ਜਦੋਂ ਕੀੜੀ ਜੀ ਦਿਖਣ ਲੱਗ ਗਈ ਉਦੋਂ ਸਪਰੇ ਕਰਨੀ ਆ ਸੁੰਡੀ ਵਾਲੀ ਅਤੇ ਸੁੰਡੀ ਵਾਲੀਆਂ ਸਾਵਧਾਨੀਆਂ ਕੀ ਨੇ ਗਲਤੀ ਕੀ ਨਹੀਂ ਕਰਨ ਇੱਕ ਤਾਂ ਸੁੱਕੇ 'ਚ ਨਹੀਂ ਕਰਨੀ ਕਦੇ ਵਾਸਤੇ ਸਪਰੇ ਮੱਕੀ 'ਚ ਥੱਲੇ ਪੂਰੀ ਗਿੱਲ ਹੋਵੇ ਉਦੋਂ ਸਪਰੇ ਕਰਨੀ ਆ ਕੋਈ ਵੀ ਹੋਵੇ ਚੱਲ ਸਪਰੇ ਕਰਨੀ ਆ ਜਾਂ ਸਵੇਰੇ ਬਾਈ ਸੂਰਜ ਚੜ੍ਹਨ ਤੋਂ ਪਹਿਲਾਂ ਜਾਂ ਬਿਲਕੁਲ ਸ਼ਾਮ ਨੂੰ 4-4:30 ਵਜੇ ਤੋਂ ਬਾਅਦ 5 ਵਜੇ ਕਰਨ ਲੱਗੇ ਹੋ ਸਪਰੇ ਅਤੇ ਹਨੇਰੇ ਤੱਕ ਕਰ ਦਿਓ ਅਤੇ ਕਰਨੀ ਕਿਵੇਂ ਹੈ ਕਰਨੀ ਹੈ ਇਹਦੇ ਸਿਰ 3 ਨੋਜ਼ਲਾਂ ਧਰ ਕੇ ਠੀਕ ਹੈ ਚਾਹੇ ਉਹ ਹੱਥ ਵਾਲੇ ਪੰਪ ਨਾਲ ਇਕੱਲੇ ਇਕੱਲੇ ਉਹਦੇ 'ਤੇ ਹੋਵੇ ਚਾਹੇ ਚਾਰਜ ਵਾਲੀ ਬੈਟਰੀ ਨਾਲ 2 ਨਿਯੋਜਨਾਂ ਵਾਲੀ ਹੋਵੇ ਜਾਂ ਪੈਟਰੋਲ ਵਾਲੇ ਪੰਪ ਨਾਲ 4 ਵਾਲੀ ਨਾਲ ਹੀ ਲੱਗ ਜਾਂਦੀ ਉਹਦੇ ਮੂਹਰੇ ਉਹਦੇ ਨਾਲ ਕਰਨੀ ਆ ਆਪਾਂ ਸਿਰ 'ਚ ਧਰ ਕੇ ਕਿਉਂਕਿ ਜਦੋਂ ਦਵਾਈ ਇਹਦੀ ਗੋਭ 'ਚ ਪਊਗੀ ਜਿਹੜੀ ਉਹੀ ਕੰਮ ਕਰੂਗੀ ਬਾਹਰੇ ਸਿੱਟੀ ਜਾਂ ਪੱਤਿਆਂ 'ਤੇ ਉਹਨਾਂ ਕੰਮ ਨਹੀਂ ਕਰਦੀ ਕਿਉਂਕਿ ਸੁੰਡੀ ਇਹਦੀ ਗੋਭ 'ਚ ਹੁੰਦੀ ਹੈ ਅਤੇ ਜੇ ਕੋਈ ਦੁਕਾਨਦਾਰ ਤੁਹਾਨੂੰ ਕਹਿੰਦਾ ਵੀ ਸਾਡੀ ਦਵਾਈ ਆਹ 1000 ਰੁਪਏ ਕਿੱਲੇ ਦੀ ਪਾ ਦੇ ਮਹੀਨਾ ਚੱਕਣ ਦੀ ਲੋੜ ਨਹੀਂ ਸੋ ਇਹੋ ਜਿਹੇ ਚੱਕਰ 'ਚ ਬਿਲਕੁਲ ਨਾ ਫਸਿਓ ਇੱਕ ਲੋ ਮਾਰਨਾ ਹੁੰਦਾ ਸੁੰਡੀ ਨਾਲ ਠੀਕ ਹੈ ਜਿਹੜੇ ਸੁੰਡੀ ਹੁੰਦੀ ਆ ਉਹ ਮਰ ਜਾਂਦੀ ਆ ਆਂਡੇ ਮਾੜੇ ਮੋਟੇ ਹੁੰਦੇ ਨੇ ਉਹ ਰਹਿ ਜਾਂਦੇ ਨੇ ਜੇ ਲੋੜ ਪਵੇ ਤਾਂ 15-20 ਦਿਨਾਂ ਬਾਅਦ ਦੁਬਾਰੇ ਆਪਾਂ ਕਰ ਸਕਦੇ ਹਾਂ 15-20 ਦਿਨ ਹਰੇਕ ਦਵਾਈ ਘੱਟ ਜਾਂਦੀ ਹੈ ਜੇ ਤੁਸੀਂ ਕਹੋਗੇ ਵੀ ਹੁਣ ਅਸੀਂ ਮਹਿੰਗੀ ਕਰਤੀ ਤਾਂ ਮਹੀਨਾ ਨਹੀਂ ਮੱਕੀ 'ਚ ਵੜਦੇ ਫਿਰ ਤੁਹਾਡਾ ਨੁਕਸਾਨ ਹੋਊਗਾ ਅਤੇ ਤੀਜੀ ਗੱਲ ਆ ਗਈ ਗਰੋਥ ਪ੍ਰਮੋਟਰਾਂ ਦੀ ਕੋਈ ਆਪਾਂ ਨੂੰ ਹੰਗੀ ਸਾਈਡਾਂ ਦੀ ਓਵਰਡੋਜ਼ ਪਾਉਣ ਦੀ ਲੋੜ ਨਹੀਂ ਬਾਈ ਚਾਹੇ 12-63 ਹੋਵੇ ਜਾਂ ਪ੍ਰੋਪੀਨ ਹੋਵੇ ਕੁਛ ਨਹੀਂ ਪਾਉਣ ਦੀ ਲੋੜ ਤੁਹਾਡੇ ਘਰੇ ਪਿਆ ਸਮਾਨ ਮੱਕੀ ਦੀ ਲਾਟ ਮਰਵਾ ਦੂ ਯੂਰੀਆ ਅਤੇ DAP ਚਾਹੀਦਾ ਤੁਹਾਨੂੰ ਜਦੋਂ ਗਿੱਠ ਗਿੱਠ ਤੁਹਾਡੀ ਮੱਕੀ ਹੋਊਗੀ ਇੱਕ ਇਹ ਪ੍ਰੋਡਕਟ ਆ ਜਿਹੜਾ ਤੁਸੀਂ ਵਰਤਣਾ ਇਹ ਸ਼੍ਰੀ ਰਾਮ ਦੀਆਂ ਕੁੜੀਆਂ ਨੇ ਜਬਰੈਲ ਕੇਸਰ ਦੇ ਨਾਲ ਫੋਟੋਆਂ ਲਾ ਤੀ ਤੁਹਾਨੂੰ ਇਹ ਵਰਤਣਾ 1/2 ਕਿਲੋ ਯੂਰੀਆ ਕਿੱਲੇ ਦਾ ਅਤੇ DAP 1 ਕਿਲੋ 1 ਕਿਲੇ ਦਾ ਢੋਲੀਆਂ ਤੁਹਾਨੂੰ ਪਹਿਲਾਂ ਆਪਾਂ ਸਪਰੇ ਸੁੰਡੀ ਵਾਲੀ ਕਰਾਂਗੇ ਪਤਾ ਲੱਗ ਜਾਣਗੀਆਂ ਵੀ ਕਿੱਲੇ 'ਚ ਕੈ ਢੋਲੀਆਂ ਲੱਗਦੀਆਂ ਨੇ ਕਰਨੀ ਇਹ ਵੀ ਉਵੇਂ ਹੈ ਪੋਰਿਆਂ ਦੇ ਹਿਸਾਬ ਨਾਲ ਹੀ ਕਰਨੀ ਹੈ ਸਿੱਧੀ ਗੰਦ ਨਾਲ ਨਹੀਂ ਕਰਨੀ ਇਹ ਮਾੜੀ ਦੇਖੋ ਇਹ 'ਚ ਕੀ ਆਪਾਂ ਧਿਆਨ ਰੱਖਣਾ ਹੈ ਇੱਕ ਤਾਂ ਬਹੁਤਾ ਹੌਲੀ ਨਹੀਂ ਤੁਰ ਕੇ ਕਰਨੀ ਪੋਰਿਆਂ 'ਤੇ ਕਰਨੀ ਹੈ ਵਧੀਆ ਤੁਰੇ ਜਾਇਓ ਵੀ ਬਸ ਐਂ ਭਾਰ ਹੀ ਪਵੇ ਐਂ ਨਾ ਹੋਵੇ ਵੀ ਪੱਤੇ ਗੁੜਕ 'ਚ ਹੋ ਜਾਣ ਬਾਹਲੇ ਜ਼ਿਆਦਾ ਨਾ ਹੋ ਜਾਣ ਜਾਂ ਕੋਇਆਂ 'ਚ ਬਾਹਲੀ ਦਵਾਈ ਨਾ ਪੈ ਜੇ ਇਹ ਆਪਾਂ ਤੇਜ਼ ਤੁਰ ਕੇ ਕਰਨੀ ਹੈ ਕਿੱਲੇ 'ਚ ਕਰਨੀ ਹੈ ਇਹ ਵੀ ਸ਼ਾਮ ਸਮੇਂ ਕਰਨੀ ਦੁਪਹਿਰੇ ਨਾ ਕਰਿਓ ਬਾਈ ਸੁੱਕੇ 'ਚ ਨਾ ਕੋਈ ਦਵਾਈ ਜੇ ਕਰ ਲਿਓ ਅਤੇ ਇੱਕ ਸਪਰੇ ਇਹਦੀ ਕਰ ਲਿਓ ਹਫ਼ਤੇ ਬਾਅਦ ਦੁਬਾਰੇ ਫਿਰ ਯੂਰੀਆ DAP ਦੀ ਇੱਕ ਸਪਰੇ ਹੋਰ ਕਰ ਦਿਓ ਲੋੜ ਪਏਗੀ ਤਾਂ ਤੀਜੀ ਉਹਦੇ ਨੂੰ ਗੋਡੇ ਗੋਡੇ ਹੋ ਜੂਗੀ ਉਦੋਂ ਨੂੰ ਆਪਾਂ 1 ਕਿਲੋ ਯੂਰੀਆ ਅਤੇ 2 ਕਿਲੋ DAP ਕਰ ਦਾਂਗੇ 3 ਸਪਰੇਹਾਂ ਨੇ ਬੰਬ ਬਣਾ ਦੇਣਗੀਆਂ ਮੱਕੀ ਦੇ ਜੇ ਮੱਕੀ ਤੁਹਾਡੀ ਖੜ ਗਈ ਤਾਂ ਮੈਨੂੰ ਕਿਹੋ ਸੋ ਜਾਣਕਾਰੀ ਰੱਖਿਆ ਕਰੋ ਦਿਮਾਗ ਤੋਂ ਕੰਮ ਲਓ ਐਵੇਂ ਕਿਸੇ ਦੁਕਾਨ ਵਾਲੇ ਦੇ ਪਿੱਛੇ ਲਾ ਕੇ ਮਹਿੰਗੇ ਅਤੇ 7-7 ਦਿਨਾਂ ਬਾਅਦ ਸੁੰਡੀ ਦੀਆਂ ਦਵਾਈਆਂ ਕਰੋ ਜੀ ਨਾ ਕੋਈ ਲੋੜ ਨਹੀਂ ਇੰਨਾ ਚਿਰ ਸੁੰਡੀ ਤੁਹਾਨੂੰ ਦਿਖਾਈ ਨਹੀਂ ਦਿੰਦੀ ਮੱਕੀ 'ਚ ਯਾਰ ਉਨਾ ਚਿਰ ਲੋੜ ਨਹੀਂ ਤੁਹਾਨੂੰ ਵੜਨ ਦੀ ਬਿਨਾਂ ਗੱਲ ਤੋਂ ਬਾਈ ਕੋਈ ਮਹਿੰਗੇ ਫੰਗੀ ਸਾਈਡ ਨਾ ਚੱਕਿਓ ਕਿਸੇ ਦੀ ਲੋੜ ਨਹੀਂ ਯੂਰੀਆ DAP ਆਪਣੇ ਘਰੇ ਪਿਆ ਅਤੇ ਹਨੇਰੀ ਬੰਨ ਦੇਣਗੇ ਅਤੇ ਇਹ ਥੋੜ੍ਹਾ ਮਹੀਨੇ ਦਾ ਪ੍ਰੋਸੈਸ ਹੋ ਗਿਆ ਅਤੇ ਯੂਰੀਆ ਆਪਾਂ ਲਾਉਣਾ ਹੈ ਮੰਨ ਲਓ ਜਦੋਂ ਕਿਹੜਾ ਕੋਏ ਚੱਲ ਪਏ ਪਹਿਲਾਂ ਯੂਰੀਆ ਅੱਧੀ ਦੀ ਬੋਰੀ ਲਾ ਤੀ ਉਦੋਂ ਬਾਅਦ ਜਦੋਂ ਪਾਣੀ ਲਾਈ ਜਾਓਗੇ ਪਾਣੀ 'ਚ ਘੋਲੀ ਜਾਇਓ ਕੀ ਲੱਗੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਧੰਨਵਾਦ।